ਸਤਿ ਸ੍ਰੀ ਅਕਾਲ ਮੇਰੇ ਪਿਆਰੇ ਬੱਚਿਓ, ਅੱਜ ਮੈਂ ਆਪਣੇ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੂੰ ਪੰਜਾਬ ਅਚੀਵਮੈਂਟ ਸਰਵੇ 2020-21 ਮਤਲਬ ਪੈਸ ਤੇ ਆਧਾਰਿਤ ਵਿਸ਼ੇ ਗਣਿਤ ਦੇ ਨਾਲ ਸੰਬੰਧਿਤ MCQs ਕਰਵਾਉਣ ਜਾ ਰਹੀ ਹਾਂ। ਹਾਂਜੀ ਬੱਚਿਓ, ਪਹਿਲਾ ਸਵਾਲ ਵੇਖੋ। ਘੱਟ ਵਸਤੂਆਂ ਦੇ ਚੱਕਰ ਲਗਾਓ, ਊੜੇ ਦੇ ਵਿੱਚ ਕੁਲਫੀਆਂ ਦਿੱਤੀਆਂ ਹਨ, ਐੜੇ ਭਾਗ ਵਿੱਚ ਲੈਂਪ ਦਿੱਤੇ ਹਨ, ਇਹਨਾਂ ਨੂੰ ਗਿਣੋ। ਜਦੋਂ ਆਪਾਂ ਇਹਨਾਂ ਨੂੰ ਗਿਣਦੇ ਹਾਂ ਤਾਂ ਕੁਲਫੀਆਂ ਦੀ ਗਿਣਤੀ ਹੈ 6 ਅਤੇ ਲੈਂਪਾਂ ਦੀ ਗਿਣਤੀ ਹੈ 5। 6 ਅਤੇ 5 ਵਿੱਚੋਂ ਫਿਰ ਛੋਟਾ ਕਿਹੜਾ ਹੈ? 5। ਤੇ ਫਿਰ ਘੱਟ ਵੀ ਇਹੋ ਵਸਤੂਆਂ ਹੋਈਆਂ, ਇਸ ਲਈ ਐੜੇ ਭਾਗ ਨੂੰ ਅਸੀਂ ਚੱਕਰ ਲਗਾਉਂਦੇ ਹਾਂ। ਹੁਣ ਬੇਟਾ ਅਗਲਾ ਸਵਾਲ ਅਸੀਂ ਆਪਣੀ ਸਕਰੀਨ ਤੇ ਵੇਖਦੇ ਹਾਂ। ਹਰੇਕ ਸਮੂਹ ਦੇ ਚਿੱਤਰ ਨੂੰ ਗਿਣੋ, ਲਿਖੋ ਅਤੇ ਛੋਟੇ ਅੰਕ ਤੇ ਚੱਕਰ ਲਗਾਓ। ਪਹਿਲਾ ਸਮੂਹ ਕਬੂਤਰਾਂ ਦਾ ਹੈ, ਦੂਸਰਾ ਸਮੂਹ ਗਮਲਿਆਂ ਦਾ ਹੈ। ਆਪਾਂ ਇਹਨਾਂ ਸਮੂਹਾਂ ਦੀ ਅਲੱਗ-ਅਲੱਗ ਗਿਣ ਕੇ ਗਿਣਤੀ ਹੇਠ ਦਿੱਤੇ ਡੱਬਿਆਂ ਵਿੱਚ ਲਿਖੀ। ਕਬੂਤਰ ਹਨ ਬੇਟਾ 6 ਅਤੇ ਗਮਲੇ ਹਨ। ਗਿਣਤੀ ਕਰਕੇ ਪਤਾ ਲੱਗਦਾ ਹੈ ਕਿ ਗਮਲਿਆਂ ਦੀ ਗਿਣਤੀ 7 ਹੈ। ਤੇ ਹੁਣ ਆਪਾਂ ਇਹਨਾਂ ਨੂੰ ਗਿਣ ਲਿਆ, ਲਿਖ ਲਿਆ ਅਤੇ ਹੁਣ 6 ਅਤੇ 7 ਵਿੱਚੋਂ ਛੋਟਾ ਅੰਕ ਕਿਹੜਾ ਹੈ ਬੇਟਾ? 6। ਇਸ ਲਈ ਆਪਾਂ 6 ਅੰਕ ਦੇ ਉੱਤੇ ਚੱਕਰ ਲਗਾਉਂਦੇ ਹਾਂ, ਕਿਉਂਕਿ ਆਪਾਂ ਨੂੰ ਕਿਹਾ ਵੀ ਇਹੀ ਗਿਆ ਸੀ ਕਿ ਛੋਟੇ ਅੰਕ ਤੇ ਚੱਕਰ ਲਗਾਉਣਾ ਹੈ। ਹੁਣ ਤੀਸਰਾ ਸਵਾਲ ਵੇਖੋ ਬੇਟਾ। ਤਸਵੀਰ ਵਿੱਚ ਸਭ ਤੋਂ ਘੱਟ ਵਸਤੂ ਕਿਹੜੀ ਹੈ? ਇਹ ਤਸਵੀਰਾਂ ਆਪਾਂ ਨੂੰ ਦਿੱਤੀਆਂ ਗਈਆਂ ਹਨ ਅਤੇ ਜਦੋਂ ਵੀ ਆਪਾਂ ਕਿਸੇ ਚੀਜ਼ ਦੇ ਘੱਟ ਅਤੇ ਵੱਧ ਹੋਣ ਬਾਰੇ ਦੱਸਣਾ ਹੈ ਤਾਂ ਕਿਵੇਂ ਦੱਸਣਾ ਹੈ ਬੇਟਾ? ਗਿਣ ਕੇ। ਤਾਂ ਪਹਿਲੇ ਨੰਬਰ ਦੇ ਉੱਤੇ ਕੁਲਫੀਆਂ ਹਨ, ਫਿਰ ਸਮੋਸੇ, ਲੱਡੂ ਅਤੇ ਅਨਾਨਾਸ। ਇਹਨਾਂ ਦੇ ਵਿੱਚੋਂ ਘੱਟ ਕਿਸ ਦੀ ਗਿਣਤੀ ਹੈ ਤਾਂ ਪਤਾ ਲੱਗੇਗਾ ਗਿਣ ਕੇ। ਜਦੋਂ ਆਪਾਂ ਗਿਣਦੇ ਹਾਂ ਤਾਂ ਕੁਲਫੀਆਂ ਦੀ ਗਿਣਤੀ ਆਉਂਦੀ ਹੈ 8, ਸਮੋਸਿਆਂ ਦੀ ਗਿਣਤੀ ਆਉਂਦੀ ਹੈ 8, ਲੱਡੂਆਂ ਦੀ ਹੈ 9 ਅਤੇ ਅਨਾਨਾਸ ਦੀ ਗਿਣਤੀ ਹੈ ਬੇਟਾ 7। ਤੇ ਇਸ ਦਾ ਮਤਲਬ ਇਹ ਹੈ ਕਿ 7, 8 ਅਤੇ 9 ਦੇ ਵਿੱਚੋਂ ਸਭ ਤੋਂ ਛੋਟਾ ਅੰਕ ਕਿਹੜਾ ਹੈ? 7। ਜਿਸ ਦਾ ਅੰਕ ਛੋਟਾ ਉਹ ਵਸਤੂਆਂ ਗਿਣਤੀ ਵਿੱਚ ਘੱਟ ਹੋਣਗੀਆਂ। ਤਾਂ 7, 8 ਅਤੇ 9 ਦੇ ਵਿੱਚੋਂ ਅੰਕ 7 ਛੋਟਾ ਹੈ, ਜੋ ਕਿ ਅਨਾਨਾਸ ਦੀ ਗਿਣਤੀ ਹੈ। ਇਸ ਲਈ ਸ ਸਾਡਾ ਸਹੀ ਉੱਤਰ ਹੈ। ਹੇਠ ਲਿਖੀਆਂ ਸੰਖਿਆਵਾਂ ਵਿੱਚੋਂ ਸਭ ਤੋਂ ਵੱਡੀ ਸੰਖਿਆ ਕਿਹੜੀ ਹੈ? ਊੜੇ ਤੇ ਹੈ 37, ਐੜੇ ਤੇ ਹੈ 10, 9, 19 ਅਤੇ ਈੜੀ ਤੇ ਹੈ 20, 7, 27। ਤਾਂ ਇਹਨਾਂ ਵਿੱਚੋਂ ਸਭ ਤੋਂ ਵੱਡੀ ਸੰਖਿਆ ਹੈ 37, ਜਿਸ ਨੂੰ ਆਪਾਂ ਟਿੱਕ ਕਰਦੇ ਹਾਂ। ਇਹਨਾਂ ਨੋਟਾਂ ਦਾ ਮੁੱਲ ਦੱਸੋ। ਹੇਠਾਂ ਜੋ ਨੋਟ ਦਿੱਤੇ ਗਏ ਹਨ 5, 1, 5, ਤਾਂ 5-5 ਦੇ ਦੋ ਨੋਟ ਹਨ ਤਾਂ ਬਣ ਗਏ 10 ਰੁਪਏ। 10 ਰੁਪਏ ਦੇ ਵਿੱਚ 1 ਰੁਪਇਆ ਹੋਰ ਜੋੜ ਦਿੱਤਾ ਤਾਂ ਬਣ ਗਏ ਆਪਣੇ ਕੋਲ 11 ਰੁਪਏ। ਤਾਂ 11 ਵੇਖੋ, ਊੜਾ, ਆੜਾ, ਈੜੀ, ਸੱਸਾ, ਇਹਨਾਂ ਵਿੱਚੋਂ ਸੱਸਾ ਆਪਸ਼ਨ ਤੇ ਪਿਆ ਹੈ, ਜਿਸ ਨੂੰ ਆਪਾਂ ਟਿੱਕ ਕਰਦੇ ਹਾਂ। ਥੈਂਕ ਯੂ।